ਭਗਵੰਤ ਮਾਨ ਜੀ, ਝੂਠ ਝੂਠ ਤੇ ਝੂਠ, ਕੱਲਾ ਝੂਠ, ਕਿੰਨਾ ਕੁ ਝੂਠ ਬੋਲੋ, ਕਿਹੜੀ ਕਿਹੜੀ ਗੱਲ ਦਾ ਝੂਠ ਬੋਲੋ, ਔਰ ਲੋਕ ਕਿਹੜੀ ਕਿਹੜੀ ਗੱਲ ਦਾ ਤੁਹਾਡਾ ਪਰਦਾ ਫਾਸ਼ ਕਰਦੇ ਰਹਿਣ। ਆ ਜੋੜੇ ਹੱਥ, ਇਹ ਝੂਠ ਦੀ ਸਿਆਸਤ ਤੋਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਨਜਾਤ ਦਿਓ, ਛੁੱਟੀ ਦਿਓ। ਲੋਕਾਂ ਦੇ ਹੱਥ ਖੜੇ ਹੋ ਗਏ ਤੁਹਾਡੇ ਝੂਠ ਸੁਣ ਸੁਣ, ਕਿਉਂਕਿ 24 ਘੰਟੇ ਬੀਤ ਗਏ ਆ, ਮਗਰ ਨਾ ਪੰਜਾਬ ਦੇ DGP ਸਾਹਿਬ ਇਸ ਗੱਲ ਨੂੰ ਕਨਫਰਮ ਕਰ ਰਹੇ ਆ, ਅਤੇ ਨਾ ਹੀ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਇਸ ਗੱਲ ਦੀ ਪੁਸ਼ਟੀ ਕਰ ਰਹੇ। ਦੋ ਦਿਨ ਪਹਿਲਾਂ, 2 ਤਰੀਕ ਦੀ ਗੱਲ ਹੈ, ਜਦੋਂ ਭਗਵੰਤ ਮਾਨ ਜੀ ਨੇ ਗੁਜਰਾਤ ਦੀ, ਕਿਉਂਕਿ ਇਲੈਕਸ਼ਨ ਚੱਲ ਰਹੀ ਹੈ, ਗੁਜਰਾਤ ਦੀ ਧਰਤੀ 'ਤੇ ਆਪਦੇ ਲੋਅ ਐਂਡ ਆਰਡਰ ਨੂੰ ਸਾਬਤ ਕਰਨ ਵਾਸਤੇ, ਕਿਉਂਕਿ ਹੋਮ ਮਿਨਿਸਟਰ ਵੀ ਨੇ, ਮੁੱਖ ਮੰਤਰੀ ਵੀ ਨੇ, ਸਾਬਤ ਕਰਨ ਵਾਸਤੇ ਕਿ ਲੋਅ ਐਂਡ ਆਰਡਰ ਦੀ ਸਥਿਤੀ ਬੜੀ ਚੰਗੀ ਆ, ਇਹ ਗੱਲ ਮੀਡੀਆ ਅੱਗੇ ਕਹੀ ਕਿ ਮੈਂ ਤੁਹਾਨੂੰ ਇਹ ਕਨਫਰਮ ਕਰ ਰਿਹਾ, ਬੀਂਗ ਹੈੱਡ ਆਫ ਦ ਸਟੇਟ, ਪੱਕੀ ਖਬਰ ਦੇ ਰਿਹਾ ਕਿ ਗੋਲਡੀ ਬਰਾੜ ਨੂੰ US ਦੀ ਧਰਤੀ 'ਤੇ ਫੜ ਲਿਆ ਗਿਆ, ਡਿਟੇਨ ਕਰ ਲਿਆ ਗਿਆ। ਔਰ ਅੱਜ 4 ਤਰੀਕ ਹੋ ਗਈ, 48 ਘੰਟੇ ਬੀਤ ਗਏ, 48 ਘੰਟੇ ਬੀਤਣ ਤੋਂ ਬਾਅਦ ਵੀ ਕੋਈ ਵੀ ਫੋਟੋ ਸਾਹਮਣੇ ਨਹੀਂ ਆਈ ਜਿਹੜੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਵਾਕਈ ਗੋਲਡੀ ਬਰਾੜ ਫੜਿਆ ਗਿਆ। ਅਸੀਂ ਸਾਰੇ, ਚਾਹੇ ਅਸੀਂ ਓਪੋਜੀਸ਼ਨ 'ਚ ਬੈਠੇ ਹਾਂ, ਅਸੀਂ ਵੀ ਚਾਹੁੰਦੇ ਭਗਵੰਤ ਮਾਨ ਜੀ ਦੀ ਇਹ ਗੱਲ ਸੱਚੀ ਹੋਵੇ, ਮਗਰ ਕਿਉਂਕਿ ਉਹਨਾਂ ਨੇ ਐਡੀ ਵੱਡੀ ਗੱਲ ਕਹੀ ਹੈ, ਔਰ ਜਿਸ ਬੰਦੇ ਦਾ ਨਾਂ ਉਹਨਾਂ ਨੇ ਲਿਆ ਹੈ, ਉਸ ਬੰਦੇ ਦੇ 'ਤੇ ਬੜੇ ਸੰਗੀਨ ਆਰੋਪ ਨੇ, ਔਰ ਕਈ ਪਰਿਵਾਰਾਂ ਦੇ ਜਿਹੜੇ ਉਸ ਦੇ ਸ਼ਿਕਾਰ ਹੋਏ ਆ, ਉਹਨਾਂ ਪਰਿਵਾਰਾਂ ਦੀਆਂ ਭਾਵਨਾ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਨੇ। ਕੀ ਕਿਸੇ ਮੁੱਖ ਮੰਤਰੀ ਵਾਸਤੇ ਵੀ ਕਿਸੇ ਦੇ ਪਰਿਵਾਰ ਦੀ ਭਾਵਨਾਵਾਂ ਨਾਲ ਖੇਡਣਾ ਕੋਈ ਜਾਇਜ਼ ਗੱਲ ਹੈ ਕਿ ਠੀਕ ਗੱਲ ਹੈ? ਜੇ ਸੱਚ ਹੈ, ਤਾਂ ਮੈਂ ਕੱਲ੍ਹ ਵੀ ਮੰਗ ਕੀਤੀ ਸੀ ਕਿ DGP ਸਾਹਿਬ, DGP ਪੰਜਾਬ ਇਸ ਗੱਲ ਦੀ ਪੁਸ਼ਟੀ ਕਰ ਦੇਣ, ਮਗਰ ਉਹ ਨਹੀਂ ਕੁਛ ਬੋਲ ਰਹੇ, ਸੈਂਟਰਲ ਏਜੰਸੀਆਂ ਕੁਛ ਨਹੀਂ ਬੋਲ ਰਹੀਆਂ। ਅਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਭਗਵੰਤ ਮਾਨ ਜੀ, ਤੁਸੀਂ 3 ਗੱਲਾਂ ਸਪਸ਼ਟ ਕਰ ਦਿਓ ਕਿ ਤੁਹਾਨੂੰ ਅਮਿਤ ਸ਼ਾਹ, ਹੋਮ ਮਿਨਿਸਟਰ ਦਾ ਫੋਨ ਆਇਆ, ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਇੰਟਰਨੈਸ਼ਨਲ ਰਿਲੇਸ਼ਨ ਦੇ ਨਾਲ ਦੂਜਾ ਦੇਸ਼, ਇੱਕ ਦੇਸ਼ ਆਪਸ 'ਚ ਗੱਲ ਕਰਦੇ, ਸੂਬੇ ਦੀਆਂ ਸਰਕਾਰਾਂ ਨਾਲ ਨਹੀਂ ਗੱਲ ਕਰਦੇ, ਕਿਸੇ ਵੀ ਮੁੱਖ ਮੰਤਰੀ ਨੂੰ ਇਸ ਗੱਲ ਦੀ ਸਮਝ ਹੈ। ਅਤੇ ਕੀ ਤੁਹਾਨੂੰ ਹੋਮ ਮਿਨਿਸਟਰ ਸਾਹਿਬ ਦਾ ਫੋਨ ਆਇਆ? ਕੀ ਤੁਸੀਂ, ਜੇ ਉਹਨਾਂ ਦਾ ਨਹੀਂ ਆਇਆ, ਤੁਹਾਡੇ ਕੀ ਸੋਰਸਿਸ ਨੇ, ਕਿਉਂਕਿ ਤੁਸੀਂ DGP ਨੂੰ ਵੀ ਨਹੀਂ ਬੋਲਣ ਦੇ ਰਹੇ? ਕੀ ਤੁਹਾਨੂੰ ਜੋ ਬਾਈਡਨ ਸਾਹਿਬ ਦਾ ਫੋਨ ਆਇਆ? ਕੀ ਤੁਹਾਨੂੰ ਵਾਈਸ ਪ੍ਰੈਜੀਡੈਂਟ ਆਫ ਅਮੈਰੀਕਾ ਕਮਲਾ ਹੈਰਿਸ ਜੀ ਦਾ ਫੋਨ ਆਇਆ? ਕੀ ਤੁਹਾਨੂੰ FBI ਨੇ ਡਾਇਰੈਕਟਲੀ ਕੰਟੈਕਟ ਕੀਤਾ, ਜਿਵੇਂ ਤੁਸੀਂ ਇਸ ਗੱਲ ਦਾ ਕਨਫਰਮੇਸ਼ਨ ਦੇ ਰਹੇ ਹੋ? ਇਹ ਨਾ ਹੋਵੇ ਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਚੱਲੀ ਸੀ, ਜੋ ਤੁਸੀਂ ਜਰਮਨੀ ਗਏ ਸੀ ਕਿ BMW ਪੰਜਾਬ 'ਚ ਇਨਵੈਸਟ ਕਰਨ ਲੱਗੀ ਹੈ, ਜਾਂ BMW ਪੰਜਾਬ 'ਚ ਆ ਰਹੀ ਹੈ, ਔਰ ਉਹ ਗੱਲ ਤੁਹਾਡੀ ਝੂਠੀ ਪਾਈ ਗਈ। ਤੁਹਾਡੇ ਤੋਂ ਬੱਗਾ ਜਿਹੜਾ ਦਿੱਲੀ ਤੋਂ ਤਾਂ ਲਿਆਇਆ ਨਹੀਂ ਗਿਆ ਪੰਜਾਬ ਤੱਕ। ਲੋਕ ਇਹ ਸਵਾਲ ਸੋਸ਼ਲ ਮੀਡੀਆ 'ਤੇ ਕਰ ਰਹੇ ਆ ਕਿ ਗੋਲਡੀ ਬਰਾੜ ਦੀ ਗੱਲ ਵੀ ਕਿੱਥੇ ਉਹੋ ਜਿਹੀ ਗੱਲ ਨਾ ਹੋ ਜੇ, ਤੁਸੀਂ ਜਦ ਬੱਗੇ ਨੂੰ ਨਹੀਂ ਲਿਆ ਸਕੇ, ਗੋਲਡੀ ਬਰਾੜ ਅਮਰੀਕਾ ਤੋਂ ਕਿੱਥੋਂ ਲਿਆਉਣਾ? ਲਿਆਓ, ਉਹਦਾ ਸਵਾਗਤ ਹੈ, ਬਹੁਤ ਵੱਡੀ ਤੁਹਾਡੀ ਮੈਂ ਸਮਝਾਂਗਾ ਪ੍ਰਾਪਤੀ ਹੈ, ਮਗਰ ਝੂਠ ਬੋਲਣਾ ਬੰਦ ਕਰੋ। ਤੁਹਾਡੀ ਗੱਲਾਂ ਤਾਂ ਅਨੇਕਾਂ ਹੀ ਝੂਠੀਆਂ ਪਾਈਆਂ ਗਈਆਂ ਨੇ। ਕੱਟਰ ਇਮਾਨਦਾਰ ਤੁਸੀਂ ਆਪਦੇ ਆਪ ਨੂੰ ਕਹਿੰਦੇ ਹੋ, ਲੋਕ ਤੁਹਾਨੂੰ ਕੱਟਰ ਬੇਈਮਾਨ ਨਾਲ ਜ਼ਿਕਰ ਕਰਦੇ ਆ ਕਿ ਨਹੀਂ, ਔਰ ਕੱਟਰ ਝੂਠੇ ਵੀ ਤੁਸੀਂ ਕਵਾਉਣ ਲੱਗ ਪਾਓਗੇ ਜੇ ਸਪੀਡ ਨਾਲ ਚੱਲਦੇ। ਇਸ ਲਈ ਮੈਂ ਹੱਥ ਜੋੜ ਕੇ ਇਹ ਫਿਰ ਬੇਨਤੀ ਕਰਦਾ ਕਿ ਜਾਂ ਤਾਂ ਉਹ ਫੋਟੋ, ਵੀਡੀਓ ਜਾਂ ਪਰਚਾ ਜਨਤਕ ਕਰ ਦਿਓ ਜਿੱਥੇ ਉਹਦੀ ਅਰੈਸਟ ਹੋ ਗਈ ਹੈ, ਨਹੀਂ ਤਾਂ ਇਹ ਝੂਠ ਇਲੈਕਸ਼ਨ ਲਈ ਬੋਲਿਆ, ਇਹ ਬੜੇ ਅਫਸੋਸ ਦੀ ਗੱਲ ਹੈ। ਵੈਸੇ ਤਾਂ ਕਿਹਾ ਜਾਂਦਾ ਗੁਜਰਾਤ 'ਚ ਡਰਾਈ ਸਟੇਟ ਹੈ, ਮਗਰ ਪਤਾ ਨਹੀਂ ਉੱਥੇ ਕੀ ਖਾਧਾ ਪੀਤਾ ਗਿਆ, ਫਿਰ ਜਿਵੇਂ ਜਰਮਨੀ ਦੇ ਫੇਰੇ 'ਚ ਖਾਧਾ ਪੀਤਾ ਗਿਆ ਸੀ। BMW ਦੀ ਗੱਲ ਕਰਤੀ, ਨਾ BMW ਆਈ ਅੱਜ ਤੱਕ, ਇਹ ਨਾ ਹੋਵੇ ਹੁਣ ਕਹਿ ਦਿਓ ਕਿਤੇ BMW 'ਚ ਬਹਿ ਕੇ ਗੋਲਡੀ ਬਰਾੜ ਨੇ ਆਉਣਾ। ਇਸ ਲਈ ਤੁਹਾਡੇ ਮੂੰਹ ਤੋਂ ਕੁਛ ਵੀ ਸੰਭਵ ਹੈ, ਕੀ ਸੱਚ ਹੈ ਕੀ ਝੂਠ ਹੈ, ਪੰਜਾਬ ਦੇ ਲੋਕ ਸੱਚ ਜਾਣਨਾ ਚਾਹੁੰਦੇ ਆ, ਕਿਉਂਕਿ ਤੁਸੀਂ ਆਪ ਕਹਿੰਦੇ ਹੋ ਬੀਂਗ ਹੈੱਡ ਆਫ ਦ ਸਟੇਟ, ਹੈੱਡ ਆਫ ਦ ਸਟੇਟ ਕੋਲ ਇਜਾਜ਼ਤ ਨਹੀਂ ਕਿ ਉਹ ਝੂਠ ਬੋਲੇ, ਲੋਕਾਂ ਨੂੰ ਧੋਖਾ ਦੇਵੇ, ਔਰ ਝੂਠ ਦੇ ਉੱਤੇ ਰਾਜਨੀਤੀ। ਭਗਵੰਤ ਮਾਨ ਜੀ, ਝੂਠ ਝੂਠ ਤੇ ਝੂਠ, ਕੱਲਾ ਝੂਠ, ਕਿੰਨਾ ਕੁ ਝੂਠ ਬੋਲੋ, ਕਿਹੜੀ ਕਿਹੜੀ ਗੱਲ ਦਾ ਝੂਠ ਬੋਲੋ, ਔਰ ਲੋਕ ਕਿਹੜੀ ਕਿਹੜੀ ਗੱਲ ਦਾ ਤੁਹਾਡਾ ਪਰਦਾ ਫਾਸ਼ ਕਰਦੇ ਰਹਿਣ। ਆ ਜੋੜੇ ਹੱਥ, ਇਹ ਝੂਠ ਦੀ ਸਿਆਸਤ ਤੋਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਨਜਾਤ ਦਿਓ, ਛੁੱਟੀ ਦਿਓ।
लोगों के हाथ खड़े हो गए थोड़े झूठ सुन सुन क्योंकि 24 घंटे बीत गए हैं, मगर ना पंजाब के डी जी पी साहब इस गल नूं कन्फर्म कर रहे हैं तो ना ही चीफ मिनिस्टर साहब भगवंत मान जी इस गल की पुष्टि कर रहे। दो दिन पहला 2 तरीक की गल है जदों भगवंत मान जी ने गुजरात की क्योंकि इलैक्शन चल रही है गुजरात की धरती से आप दे लॉ एंड ऑर्डर नूं साबित करने वास्ते क्योंकि होम मिनिस्टर भी ने मुख्यमंत्री भी ने साबित करने वास्ते कि लॉ एंड ऑर्डर की स्थिति बड़ी चंगी है एक गल मीडिया अगे कही कि मैं थोनू एक कन्फर्म कर रहा बीइंग हैड ऑफ द स्टेट पक्की खबर दे रहा कि गोल्डी बराड़ नूं यूएस की धरती से फड़ लिया गया डिटेन कर लिया गया और अज 4 तरीक हो गई 48 घंटे बीत गए 48 घंटे बीतने के बाद भी कोई भी फोटो सामने नहीं आई जिहड़ी इस गल की पुष्टि करती है जो मुख्यमंत्री साहब कह रहे हैं कि वाकई गोल्डी बराड़ फड़िया गया। असी सारे चाहे असी ऑपोजिशन च बैठे हैं असी भी चाहते हैं भगवंत मान जी की यह गल सच्ची हो गई, मगर क्योंकि उन्होंने एड्डी वड्डी गल कही है और जिस बंदे का नाम उन्होंने लिया है उस बंदे दे ते बड़े संगीन आरोप ने और कई परिवारों के जेड़े उस दे शिकार होए है उन्हां परिवारों दीआं भावना इस मुद्दे नाल जुड़िया हुई हैं कि किसी मुख्यमंत्री वास्ते भी किसी के परिवार की भावनावां नाल खेडना कोई जायज गल है कि ठीक गल है। जे सच है तो मैं कल भी मंग कीती सी कि डी जी पी साहब डी जी पी पंजाब इस गल की पुष्टि कर दें मगर वह नहीं कुछ बोल रहे सेंट्रल एजेंसियां कुछ नहीं बोल रही तो मैनू यह महसूस होंदा कि भगवंत मान जी तुसी 3 गल्लां स्पष्ट कर दिओ कि थोनू अमित शाह होम मिनिस्टर का फोन आया क्योंकि सानू सब नू पता है कि इंटरनेशनल रिलेशन के नाल दूजा देश एक देश आपस च गल करदे सूबे दीआं सरकारां नाल नहीं गल करदे किसी भी मुख्यमंत्री मंत्री नू इस गल की समझ है ते की थोनू होम मिनिस्टर साहब का फोन आया कि तुसी जे उन्हां दा नहीं आया थोड़े की सोर्सेज ने क्योंकि तुसी डी जी पी नू भी नहीं बोलन दे रहे कि थोनू जो बाइडन साहब का फोन आया कि थोनू वाइस प्रेजिडेंट ऑफ अमेरिका कमला हैरिस जी का फोन आया कि थोनू एफ बी आई ने डायरैक्टली कॉन्टैक्ट किया जिवें तुसी इस गल का कन्फर्मेशन दे रहे हो ये ना हो कि जिवें तुसी पहला भी गल चली सी जो तुसी जर्मनी गए से कि बी एम डबल्यू पंजाब च इनवैसट करन लगी है या बी एम डबल्यू पंजाब च आ रही है और वह गल थोड़ी झूठी पाई गई थोड़े तो बग्गा जिहड़ा दिल्ली तो लिया नहीं गया पंजाब तक लोग यह सवाल सोशल मीडिया से कर रहे हैं कि गोल्डी बराड़ की गल भी कितने ओह जी गल ना हो जाए तुम जब बग्गे नहीं लिया सके गोल्डी बराड़ अमरीका तो कितों लिया लियाओ का स्वागत है बहुत वड्डी थोड़ी मैं समझांगा प्राप्ति है मगर झूठ बोलना बंद करो थोड़ी गल्लां तां अनेकां झूठियां पाईया गई ने कट्टर ईमानदार तुसी आप दे आप नूं कहिंदे लोग थोनू कट्टर बेईमान नाल जिक्र करदे आ कि नहीं और कट्टर झूठे भी तुसी कवाउण लग पाओगे जे स्पीड नाल चलदे इसलिए मैं हथ जोड़ के फिर बेनती करदा कि या तां उह फोटो वीडियो या परचा जनतक कर दो जिथे उहदी अरैसट हो गई है नहीं तां इह झूठ इलैक्शन लई बोलिया इह बड़े अफसोस की गल है। वैसे तो कहा जाता गुजरात ड्राई स्टेट है मगर पता नहीं उत्थे की खादा पीता गया फिर जिवें जर्मनी के फेरे च खादा पीता गया सी बी एम डबल्यू की गल करती ना बी एम डबल्यू आई अज तक यह ना हो कह दौ कि बी एम डबल्यू च बह के गोल्डी बराड़ ने आना इसलिए थोड़े मूँह तो कुछ भी संभव है कि सच है कि झूठ है पंजाब के लोग सच जानना चाहते हैं क्योंकि तुम आप कहने बीइंग हैड ऑफ द स्टेट को इजाजत नहीं कि वह झूठ बोले लोगों को धोखा दे और झूठ के उत्ते राजनीति